ਹੈਲੋ ਜੀ, ਸਤਿ ਸਤਿ ਸ਼੍ਰੀ ਸ਼੍ਰੀ ਅਕਾਲ, ਅਕਾਲ। ਵੈਲਕਮ ਬੈਕ ਟੂ ਆਰ ਚੈਨਲ। ਤੇ ਉਮੀਦ ਕਰਦੇ ਆ ਤੁਸੀਂ ਜਿੱਥੇ ਹੋਗੇ ਵਧੀਆ ਹੋਗੇ, ਚੜ੍ਹਦੀ ਕਲਾ ਵਿੱਚ ਹੋਗੇ। ਤੇ ਅੱਜ ਅਸੀਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੁਹਾਡੇ ਵੱਲੋਂ ਰਿਕਮੈਂਡ ਕੀਤੀਆਂ ਵੀਡੀਓਜ਼ ਦੇ ਨਾਲ। ਅੱਜ ਦੀ ਵੀਡੀਓ ਫਿਰ ਤੋਂ ਹੋਣ ਵਾਲੀ ਹੈ ਬਹੁਤ ਖਾਸ। ਔਰ ਅੱਜ ਦੀ ਵੀਡੀਓ ਫਿਰ ਦੁਬਾਰਾ ਤੋਂ ਰਿਕਮੈਂਡਡ, ਔਰ ਜਿਹੜੇ ਆਪਣੀ ਸੀਰੀਜ਼ ਚੱਲਦੀ ਪਈ ਆ ਅੰਕਲ ਮਜਨੂ ਤੇ ਆਂਟੀ ਹੀਰ, ਇਹਦਾ ਪਾਰਟ 3 ਆ। ਪਹਿਲਾਂ 2 ਪਾਰਟ ਜਿਹੜੇ ਆ ਉਹ ਪਹਿਲਾਂ ਅਸੀਂ ਅਪਲੋਡ ਕਰ ਚੁੱਕੇ ਸੀਗੇ, ਵਧੀਆ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਪਸੰਦ ਆਈ ਆ ਜਿਹੜੇ ਵੀਵਰਸ ਨੂੰ, ਤੇ ਸੋ ਤੁਹਾਡੀ ਹੀ ਡਿਮਾਂਡ ਦੇ ਉੱਤੇ ਇਹਦਾ ਪਾਰਟ 3 ਲੈ ਕੇ ਹਾਜ਼ਰਾਂ ਤੁਹਾਡੇ ਸਾਹਮਣੇ। ਕਰਦੇ ਹਾਂ ਵੀਡੀਓ ਸਟਾਰਟ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਜਿਹਨਾਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ। ਤੇ ਵੀਡੀਓ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਕਰਦੇ ਕਰੋ ਲਾਈਕ। ਤੇ ਇਸ ਵੀਡੀਓ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਹੋਏਗਾ ਤੇ ਤੁਸੀਂ ਉਹਨੂੰ ਚੈੱਕਆਊਟ ਕਰ ਸਕਦੇ ਹੋ। ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ। ਇਹ ਦਰਮਿਆਨ ਵਿੱਚ ਰੋਟੀ ਦੇ ਵਕਫਾ ਕਿੰਨਾ ਪਾਉਂਦੇ ਨੇ? 2 ਮਿੰਟ ਦਾ। ਕਿੰਨੇ ਮਿੰਟ ਦਾ? 2 ਮਿੰਟ ਦਾ। 2 ਪਲੱਸ 1 2 ਮਿੰਟ ਦਾ ਵਕਫਾ। ਇਹ ਚਾਚੇ ਹੋਰੀ ਹਕੀਮ ਨੇ। ਵੇ ਤੂੰ ਫੱਕੀ ਦਾ ਫੱਕਾ ਮਾਰਦੇ ਹੋ, ਨਾਲ ਸ਼ੁਰੂ ਹੋ ਜਾਂਦੇ ਹੋ। ਬੜਾ ਜ਼ਾਲਮ ਦਾ ਬੱਚਾ ਹੋਈ। ਇਹ ਦੱਸੋ ਵੀ ਜੇ ਸਵੇਰ ਰੋਟੀ ਖਾਂਦੇ ਨੇ ਜੀ, ਬੱਚੇ ਸੁੱਤੇ ਹੁੰਦੇ ਨੇ? ਨਹੀਂ ਜੀ, ਨਾਕੇ ਤੇ ਹੁੰਦੇ ਨੇ। ਜਿਸਨੇ ਰੋਟੀ ਖਾਂਦਾ ਹੈ ਬੱਚੇ ਸੁੱਤੇ ਹੁੰਦੇ ਨੇ ਤਾਂ ਕਿ ਕੋਈ ਟੈਨਸ਼ਨ ਨਾ ਹੋਵੇ। ਇਹ ਬੱਚੇ ਰੋਜ਼ਾਨਾ ਸੌਂਦੇ ਨੇ ਜਾਂ ਵਿੱਚ ਉੱਠਦੇ ਵੀ ਨੇ? ਲਾਲਮ ਦਿਆ ਬੱਚੇ ਆ। ਜਿਲੇ ਚਾਚੇ ਰੋਟੀ ਖਾਂਦੇ ਨੇ ਜੀ, ਉਸ ਤੋਂ ਬਾਅਦ ਕੀ ਕਰਦੇ ਨੇ ਜੀ? ਉਸ ਤੋਂ ਬਾਅਦ ਦੁੱਧ ਪੀਂਦੇ ਨੇ। ਇਹ ਤੇ ਕੋ ਬੜਾ ਜਾਹਲ ਦਾ ਬੱਚਾ ਹੈ, ਹਾਲਾਂਕਿ ਦੁੱਧ ਰੋਟੀ ਦੇ ਦਰਮਿਆਨ ਵਿੱਚ ਵੀ ਪੀ ਸਕਦਾ ਹੈ। ਇਹ ਚਾਚੇ ਹੋਰੀ ਦੁੱਧ ਠੱਡਾ ਪੀਂਦੇ ਨੇ ਜਾਂ ਗਰਮ? ਜੀ ਕੋਸਾ ਕੋਸਾ ਠੰਡਾ ਪੀਣ ਨਾਲ ਜ਼ਬਾਨ ਸੜ ਜਾਂਦੀ। ਵੱਡੇ ਅਫਸਰ ਕਹਿੰਦੇ ਨੇ ਇੱਚੀ ਵੀ। ਮੈਂ ਆਖਿਆ ਸਾਨੂੰ ਨੇ ਪਛਾ ਰਿਹਾ ਹੈ? ਨਹੀਂ ਸਾਨੂੰ ਪਛਾਣਿਆ ਨਾ ਇਹਨੇ? ਨਹੀਂ। ਆਸ਼ਕ ਹੁਸੈਨ ਦੇ ਸਾਹ ਦੇ ਹੁਸੈਨ ਮੈਂ ਲੋਰੀ ਦੇ ਵਾਲਾ ਨੂੰ ਮੈਂ ਨਿੱਕੇ ਦੇ ਵਾਲ ਨੂੰ ਤੇਰੇ ਰੂਰ ਰੂਰ ਤੁਰੂਰ ਸੀ ਤੇਰਾ ਪੁੱਤਰ ਆਪ ਵੀ ਚਾਣਿਆ ਮੂੰਹ ਕਿੱਡਾ ਵੱਡਾ ਨਹੀਂ ਪਛਾਣ ਲਿਆ ਹੁਣ? ਮੁਬਾਰਕ ਹੋਵੇ। ਖੈਰ ਮੁਬਾਰਕ, ਅਸੀਂ ਤੁਹਾਡੇ ਇਲਾਕੇ ਦੇ ਵਿੱਚ ਆ ਗਏ ਹਾਂ ਤੇ ਨਾਲੇ ਸਾਡੇ ਬਚਪਨ ਦੀ ਮੰਗ ਹੈ, ਤੁਹਾਨੂੰ ਪਤਾ ਤੁਹਾਡੀਆਂ ਧੀਆਂ ਸਾਡੀਆਂ ਨਹੀਂ ਮੰਗਾਂ ਦੇ ਨਾ ਜੀ ਆ, ਸਾਡੀਆਂ ਅਮਾਨਤਾਂ ਸਾਡੇ ਹਵਾਲੇ ਕਰੋ ਤਾਂ ਕਿ ਅਸੀਂ ਦੇਣ ਵਾਲੇ ਬਣੀਏ ਅੱਗੇ। ਤੂੰ ਕਾਮਯਾਬ ਨਹੀਂ ਹੈ। ਅੱਛਾ ਅੱਛਾ, ਮੇਰਾ ਮਤਲਬ ਕਿ ਮਾਫ ਕਰ ਦੇਣਾ,
ਉਹ ਸਫ਼ਰ ਵੀ ਬੜਾ ਕੀਤਾ ਤੇ ਇਸ ਵਾਸਤੇ ਦਿਮਾਗ ਜਿਹੜਾ ਨਾ ਕਿਧਰੇ ਥਾਣੇ 'ਚ ਰਹਿ ਗਿਆ। ਥਾਣੇ 'ਚ? ਹਾਂ ਇਹ ਪੁੱਤਰ ਹੈ, ਤੁਸੀਂ ਪੁਲਿਸ ਦੀਆਂ ਵਰਦੀਆਂ ਪਾਈਆਂ ਨੇ। ਉਹ ਫੁੱਫੀ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਆ ਕੇ ਲੱਗ ਗਏ ਆ। ਇਹ ਥਾਣਾ ਨਿਊ ਟਾਊਨ ਨਹੀਂ, ਹਾਂ ਇਹ SHO ਲੱਗੇ ਪਏ ਨੇ। ਹਾਂ ਮੈਂ ਹਵਾਲਦਾਰ ਬਣਿਆ ਪਿਆ। ਹਾਂ ਮੈਂ ਸਾਬ ਇੰਸਪੈਕਟਰ ਤੇ ਹਵਾਲਦਾਰ ਹੈ। ਵਾਹ ਵਾਹ, ਤੁਸੀਂ ਹੁਣ ਅੱਲਾ ਦੇ ਹੁਕਮ ਨਾਲ ਬੇਫਿਕਰ ਹੋ ਜਾਓ, ਤੁਸੀਂ ਇਸ ਇਲਾਕੇ ਦੇ ਮਾਲ ਰੱਖੋ। ਹਾਂ ਚੌਕ ਵਿੱਚ ਨੱਚੋ। ਰਿਸ਼ਵਤ ਖਾਂਦੇ ਨੀ ਉਹ, ਮੁੜ ਥਾਣੇ ਦੇ ਦੋ ਕਮਰੇ ਕਿਰਾਏ ਤੇ ਦੇ ਕੇ ਰੋਟੀ ਛੋਟੀ ਦਾ ਬੰਦਾ, ਤੇ ਸਾਨੂੰ ਰਹਿਣ ਵਾਸਤੇ ਬਸ ਐਵੇਂ ਇੱਕ ਕਮਰਾ ਚਾਹੀਦਾ। ਮੈਂ ਤੁਹਾਨੂੰ ਇੱਥੇ ਰੱਖ ਨਹੀਂ ਸਕਦੀ। ਫੁੱਫੀ ਗੱਲ ਤੇ ਸੁਣ, ਇਹ ਹੋ ਗਏ ਤੱਲਾ ਵੀ ਮੰਨ ਲੈ ਕੀ ਮੈਂ ਕਰਦੀ ਹੋ ਕਿ ਤੁਹਾਡੀ ਬੱਚੀ ਨਾਲ ਅਸੀਂ ਮੰਗ ਕੀਤੀ ਹੋਈ ਹੈ। ਓਏ ਹੋਏ ਸ਼ੁਕਰ ਕਰੋ ਮੈਂ ਤੁਹਾਡੀ ਬੱਚੀ ਨਾਲ ਸ਼ਾਦੀ ਕਰਨ ਲੱਗਾ ਨਹੀਂ ਤਾਂ ਮੈਨੂੰ ਕੌਣ ਦੇਂਦੇ? ਇਹ ਦੋ ਦਿਨ ਦੀ ਗੱਲ ਹੈ, ਮਕਾਨ ਕਰਾਇਆ ਤੇ ਲੈ ਲਈ ਸੈ। ਮੈਂ ਕਿਹਾ ਨਾ ਨਹੀਂ ਰੱਖ ਸਕਦੀ ਫੇਰ ਮਤੇ ਨਾ ਸਫੜ ਦੇ ਜਾਨ ਬਾਣ ਕੀ ਦਿਨ ਹੋਵੇ ਤੇ ਇਸ ਬਾਤ ਤੇ ਮੀਜ਼ ਨਹੀਂ ਕਰੀਦੀ ਹੁੰਦੀ। ਮਜਨੂੰ ਜ਼ਮਾਨਤ ਕਰ ਲੋ। ਕੋਈ ਖਾਣ ਪੀਣ ਨੂੰ ਮਿਲਾਇਆ ਚੋਰੀ ਸਾਹਿਬ ਹੈ ਇਹ ਹੁਣ ਪਤਾ ਨੀ ਕਿ ਪੀਸ ਤੁਹਾਡੇ ਵਾਲਾ ਜਾਂ ਮੇਰੇ ਵਾਲਾ। ਮੈਂ ਧਿਆਨ ਰਲ ਕੇ ਜੁੜ ਜਾਂਦੇ ਕੀ ਹੋਇਆ
ਹੁਣ ਅੱਗੇ ਦੱਸੋ ਆਪ ਜਾ ਕੇ ਰਲ ਕੇ ਜੁੜ ਜਾਂਦੇ ਹੋ, ਰਲ ਕੇ ਤਫਤੀਸ਼ ਨੂੰ ਜੁੜ ਜਾਂਦੇ ਹਰਿਆਣੀ ਗਾਓ ਲੈ ਗਾਓ ਅਗਾਓ ਮਨ ਅਗਾ ਓਏ ਬਾਸ ਨਹੀਂ ਜਾ ਕੇ ਲੱਥੇ ਨੇ ਜੋ ਜਾ ਅੰਨੀ ਦੀਆਂ ਨੂੰ ਕੋ ਅਸੀਂ ਫੌਰ ਚਲੇ ਜਾਂਦੀ ਆ ਇੱਥੇ ਥੋੜੀ ਜਿਹੀ ਅੱਗੇ ਹੋ ਜਾ ਥੋੜੀ ਜਿਹੀ ਅੱਗੇ ਆਏ ਬਾ ਠੀਕ ਹੈ ਸਭ ਤੋਂ ਪਹਿਲੇ ਇਹ ਦੱਸ ਵੀ ਇਹਨਾਂ ਕੱਪੜਿਆਂ ਦੇ ਵਿੱਚ ਵੜੀ ਕਿਵੇਂ ਕੀ ਪੁੱਛਦੇ ਪਏ ਹੋ ਮੇਰੇ ਵਾਲੀ ਅੱਲਾ ਨੇ ਲਾਟਰੀ ਕੱਢੀ ਆ ਸ਼ੱਬੋ ਚੋਰੀ ਸਾਹਿਬ ਰੋਕ ਇਹਦੇ ਆ ਜਾ ਤੁਹਾਡੇ ਇਲਾਕੇ ਦੇ ਵਿੱਚ ਹੋ ਗਿਆ ਪਰ ਨਾਲ ਹੋ ਜਾ ਪਰ ਨਾਲ ਹੋ ਜਾ ਠਹਿਰ ਜਾ ਜੋ ਚੋਰੀ ਕਹਿ ਰਹੇ ਹੋ ਕਰ ਇਸ ਇਲਾਕੇ ਦੇ ਵਿੱਚ ਹੋ ਗਿਆ ਕਤਲ ਤੇ ਸਾਨੂੰ ਛਾਕ ਕੇ ਵੀ ਬੰਦੇ ਪਰ ਨਾਲ ਹੋ ਜਾ ਨਾਲ ਨਹੀਂ ਹੁੰਦੀ ਲੈ ਉਹ ਚੌਧਰੀ ਏ ਤੂੰ ਨਾਲ ਨਹੀਂ ਹੁੰਦੀ ਇਹਨੂੰ ਪਤਾ ਨੀ ਚੋਰੀ ਸਾਹਿਬ ਤੁਸੀਂ ਕਿੰਨੇ ਸਖਤ ਪਰ ਨਾਲ ਹੋ ਜਾ ਜੀ ਮੈਂ ਨਹੀਂ ਹੋਣਾ ਚਾਹੁੰਦੀ ਨਾਲ ਹੋ ਜਾ ਚੋਰੀ ਸਾਹਿਬ ਸਹੀ ਨਹੀਂ ਹੋਈ ਬਹੁਤ ਵਧੀਆ ਸੀਗਾ ਇਹ ਵੀ ਐਪੀਸੋਡ ਅੰਕਲ ਮਜਨੂੰ ਐਂਡ ਆਂਟੀ ਹੀਰ ਦਾ ਤੇ ਮੇ ਬੀ ਅੱਗੇ ਵੀ ਇਹਨਾਂ ਦੇ ਹੋਣਗੇ ਹਾਂ ਵੈਸੇ ਤੇ ਮੇਰੇ ਖਿਆਲ ਚ 2-2.5 ਘੰਟੇ ਦਾ ਸਟੇਜ ਸ਼ੋ ਆਏ ਪ੍ਰੋਪਰ ਤੇ ਹੋਰ ਦੇਖਾਂਗੇ ਹੋਰ ਕਿੰਨੇ ਇਹਦੇ ਕਲਿੱਪ ਮਿਲਦੇ ਆਪਾਂ ਨੂੰ ਤੇ ਉਹਦੇ ਉੱਤੇ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਸੋ ਇਹ ਸੀ ਅੱਜ ਦੀ ਵੀਡੀਓ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੋਈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਹੀ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਤੇ ਤਦ ਤੱਕ ਸਤਿ ਸ਼੍ਰੀ ਅਕਾਲ।